ਦੇਖੋ ਅਸੀਂ ਤਾਂ ਉਸ ਦਿਨ ਤੋਂ ਹੀ ਇਹ ਗੱਲ ਲਗਾਤਾਰ ਕਹਿ ਰਹੇ ਹਾਂ ਕਿ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਨਾਲ ਜਾਣ ਬੁੱਝ ਕੇ ਖਿਲਵਾੜ ਕੀਤਾ ਗਿਆ। ਜਾਣ ਬੁੱਝ ਕੇ ਉਹਨਾਂ ਨੂੰ ਐਸੇ ਰੂਟ ਤੇ ਲੈ ਕੇ ਆਇਆ ਗਿਆ ਜੋ ਪਹਿਲਾਂ ਤੋਂ ਬਲੌਕ ਸੀ। ਔਰ ਉਸ ਰੂਟ ਦੇ ਬਲੌਕ ਹੋਣ ਦੀ ਜਾਣਕਾਰੀ ਅਸੀਂ ਖੁਦ ਬੀਜਪੀ ਸਾਹਿਬ ਨੂੰ ਸਾਰੇ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਉਹ ਸੜਕ ਜਾਮ ਹੈ ਸਾਡੀਆਂ ਬੱਸਾਂ ਉੱਤੇ ਰੁਕੀਆਂ ਹੋਈਆਂ ਐ। 20 ਮਿੰਟ ਪ੍ਰਧਾਨ ਮੰਤਰੀ ਜੀ ਦਾ ਕਾਫਲਾ ਰੁਕਿਆ ਇੱਕ ਐਸੀ ਜਗ੍ਹਾ ਤੇ ਜੋ ਸਿੱਧਾ ਪਾਕਿਸਤਾਨ ਦੇ ਹਥਿਆਰਾਂ ਦੀ ਰੇਂਜ ਦੇ ਜੱਦ ਦੇ ਅੰਦਰ ਹੈ। ਰੋਇਪੜ ਦੇ ਵਿੱਚ ਪ੍ਰਧਾਨ ਮੰਤਰੀ ਨੇ 5 ਜਨਵਰੀ ਨੂੰ ਉਦਘਾਟਨ ਕਰਨਾ ਸੀ ਪਜੀਆਈ ਸੈਟਲਾਈਟ ਦਾ ਪਰ ਉਸ ਦੌਰਾਨ ਉਹ ਫੇਰੀ ਨੂੰ ਟਲਣਾ ਪਿਆ ਕਿਉਂਕਿ ਸੁਰੱਖਿਆ ਵਿਵਸਥਾ ਦੇ ਵਿੱਚ ਚੂਕ ਹੋਈ ਸੀ ਤੇ ਹੁਣ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਉਦੋਂ ਦੇ ਐਸਐਸਪੀ ਅਮਨੀਤ ਹੰਸ ਇਸ ਦੇ ਲਈ ਜ਼ਿੰਮੇਵਾਰ ਸੀ ਭਾਜਪਾ ਦੇ ਆਗੂ ਸ਼ੁਭਾਸ਼ ਸ਼ਰਮਾ ਸਾਡੇ ਨਾਲ ਜੁੜ ਕੇ ਗੱਲਬਾਤ ਕਰ ਲੈਣੇ। ਸ਼ੁਭਾਸ਼ ਜੀ ਅਵਨੀਤ ਹੰਸ ਐਸਐਸਪੀਸੀ ਤੇ ਸੁਪਰੀਮ ਕੋਰਟ ਕਹਿ ਰਿਹਾ ਕਿ ਉਹ ਜ਼ਿੰਮੇਵਾਰ ਸੀਗੇ ਸੁਰੱਖਿਆ ਵਿਵਸਥਾ ਨਹੀਂ ਸੰਭਾਲੀ ਗਈ ਦੇਖੋ ਅਸੀਂ ਤਾਂ ਉਸ ਦਿਨ ਤੋਂ ਹੀ ਇਹ ਗੱਲ ਲਗਾਤਾਰ ਕਹਿ ਰਹੇ ਹਾਂ ਕਿ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਨਾਲ ਜਾਣਬੁੱਝ ਕੇ ਖਿਲਵਾੜ ਕੀਤਾ ਗਿਆ ਜਾਣਬੁੱਝ ਕੇ ਉਹਨਾਂ ਨੂੰ ਐਸੇ ਰੂਟ ਤੇ ਲੈ ਕੇ ਆਇਆ ਗਿਆ ਜੋ ਪਹਿਲਾਂ ਤੋਂ ਬਲੌਕ ਸੀ ਔਰ ਉਸ ਰੂਟ ਦੇ ਬਲੌਕ ਹੋਣ ਦੀ ਜਾਣਕਾਰੀ ਅਸੀਂ ਖੁਦ ਡੀਜੀਪੀ ਸਾਹਿਬ ਨੂੰ ਸਾਰੇ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਉਹ ਸੜਕ ਜਾਮ ਹੈ ਸਾਡੀਆਂ ਬੱਸਾਂ ਉੱਥੇ ਰੁਕੀਆਂ ਹੋਈਆਂ ਆ ਉਹਦੇ باوجود ਪ੍ਰਧਾਨ ਮੰਤਰੀ ਜੀ ਨੂੰ ਉਸੇ ਰੂਟ ਤੇ ਲੈ ਆਂਦਾ ਔਰ 20 ਮਿੰਟ ਪ੍ਰਧਾਨ ਮੰਤਰੀ ਜੀ ਦਾ ਕਾਫਲਾ ਰੁਕਿਆ ਇੱਕ ਐਸੀ ਜਗ੍ਹਾ ਤੇ ਜੋ ਸਿੱਧਾ ਪਾਕਿਸਤਾਨ ਦੇ ਹਥਿਆਰਾਂ ਦੀ ਰੇਂਜ ਦੇ ਜਦ ਦੇ ਅੰਦਰ ਹੈ ਸੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜਿਹੜਾ ਇਹ ਖਿਲਵਾੜ ਹੋਇਆ ਹੈ ਕਿਹਦੇ ਕਹਿਨ ਤੇ ਹੋਇਆ ਕਿਹਦੇ ਇਸ਼ਾਰੇ ਤੇ ਹੋਇਆ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਐਸਐਸਪੀ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਂ ਪ੍ਰਸ਼ਾਸਨ ਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਇਹ ਸਭ ਕਰਨਾ ਹੈ ਸੋ ਇਹ ਜਾਂਚ ਦਾ ਦਾਇਰਾ ਤਾਂ ਹੋਰ ਵਧਣਾ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਸਿਰਫ ਇੱਕ ਅਫਸਰ ਨਹੀਂ ਨਿਸ਼ਚਿਤ ਰੂਪ ਨਾਲੋ ਜ਼ਿੰਮੇਵਾਰ ਸੀ ਬਹੁਤ ਸਾਰੇ ਹੋਰ ਲੋਕ ਵੀ ਨਿਕਲਣਗੇ ਜਦੋਂ ਜਾਂਚ ਦਾ ਦਾਇਰਾ ਅੱਗੇ ਵਧੇਗਾ ਹੱਲੋ ਰਿਪੋਰਟ ਪੂਰੀ ਸਾਹਮਣੇ ਆਣੀ ਹੈ ਸਰਕਾਰ ਦੀ ਵੱਡੇ ਪੱਧਰ ਤੇ ਸ਼ਮੂਲੀਅਤ ਇਸ ਪੂਰੀ ਸਾਜਿਸ਼ ਇਸ ਪੂਰੀ ਜਿਹੜੀ ਚੂਕ ਹੋਈ ਉਹਦੇ ਚ ਸੀਗੀ ਔਰ ਸਭ ਚਿਹਰੇ ਆਉਣ ਵਾਲੇ ਸਮੇਂ ਚ ਐਕਸਪੋਜ਼ ਹੋਣਗੇ ਅੱਜ ਜਿਸ ਮਨਵੋਲੋ ਪੰਜ ਮਦਦਾ ਪੜ੍ਹੀ ਗਈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ADGP ਨੇ ਜਮੇਵਾਰ ਜਿਹੜਾ SSP ਤੱਕ ਪਹੁੰਚਾ ਦਿੱਤੀ ਸੀ ਇਹ ਸੂਚਨਾ ਕਿ ਪ੍ਰਧਾਨ ਮੰਤਰੀ ਦਾ ਰੂਟ ਬਦਲਿਆ ਹੈਗਾ ਇਸ ਰੂਟ ਤੇ ਸੁਰੱਖਿਆ ਦੀ ਵਿਵਸਥਾ ਹੋਣੀ ਚਾਹੀਦੀ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਅਗਰ ADGP ਕਹਿ ਰਿਹਾ ਹੈ ਤੇ ਫਿਰ SSP ਕਾਰਵਾਈ ਕਿਉਂ ਨਹੀਂ ਕਰ ਰਿਹਾ SSP ਤੇ ਕਿਸ ਦਾ ਦਬਾਅ ਸੀ SSP ਕਿਹੜੇ ਨਿਤਾਵਾਂ ਦੇ ਆਪਣੇ ਆਕਾਮਾਂ ਦੇ ਕਹਨ ਤੇ ਉਤੇ ਇਹ ਸਭ ਕਰ ਰਿਹਾ ਸੀ ਇਸ ਗੱਲ ਦਾ ਜਵਾਬ ਵੀ ਤੇ ਆਣਾ ਚਾਹੀਦਾ ਔਰ ਇਸ ਗੱਲ ਦਾ ਜਵਾਬ ਵੀ ਆਣਾ ਚਾਹੀਦਾ ਹੈ ਕਿ ਇੰਨੀ ਵੱਡੀ ਚੂਕ ਹੋਣ ਦੇ ਬਾਅਦ ਸਰਕਾਰ ਨੇ ਐਸਐਸਪੀ ਤੇ ਕੀ ਕਾਰਵਾਈ ਕੀਤੀ ਸੀ ਮੁੱਖ ਮੰਤਰੀ ਸਾਹਿਬ ਉਸ ਵੇਲੇ ਦੇ ਤਾਂ ਜਾ ਕੇ ਟੀਵੀ ਇੰਟਰਵਿਊ ਵਿੱਚ ਕਹਿ ਰਹੇ ਸੀ ਕਿ ਮੈਂ ਦੇਖੂੰਗਾ ਕੌਣ ਮੇਰੇ ਅਫਸਰਾਂ ਤੇ ਮੇਰੇ ਪ੍ਰਸ਼ਾਸਨ ਦੇ ਲੋਕਾਂ ਤੇ ਕਾਰਵਾਈ ਕਰਦਾ ਮੈਂ ਕਿਸੇ ਦੀ ਵਾਣ ਵੱਲ ਨਹੀਂ ਵੇਖਣ ਦੇਣਾ ਉਹ ਆਪ ਤਾਂ ਗਾਇਬ ਹੀ ਨੇ ਅੱਜਕੱਲ ਪਤਾ ਨਹੀਂ ਕਿੱਥੇ ਨੇ ਕੋਈ ਕਹਿੰਦਾ ਕੈਨੇਡਾ ਹੈ ਕੋਈ ਕਹਿੰਦਾ ਆਸਟ੍ਰੇਲੀਆ ਹੈ ਕਿੱਥੇ ਨੇ ਉਹਨੂੰ ਇਸ ਕਰਕੇ ਇਹ ਸਾਰਾ ਕੁਝ ਕੀਤਾ ਕਰਾਇਆ ਕਾਂਗਰਸ ਦੀ ਸੋਚੀ ਸਮਝੀ ਸਾਜੀ ਸੀਗੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇਸ਼ਪਾਨ ਦੀ ਔਰ ਜਿਹੜੀ ਗੱਲ ਭਾਜਪੀ ਨੇ ਕਹੀ ਸੀ ਉਹ ਗੱਲ ਕੋਰਟ ਦੀ ਕਮੇਟੀ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਹਾਂ ਚੂਕ ਹੋਈ ਹੈ ਔਰ ਉਸ ਚੂਕ ਲਈ ਅਫਸਰ ਪ੍ਰਸ਼ਾਸਨ ਜ਼ਿੰਮੇਵਾਰ ਸੀ ਇੱਕ ਉਸ ਸਰਕਾਰ ਸੀ ਕਾਂਗਰਸ ਦੀ ਜਦੋਂ ਪ੍ਰਧਾਨ ਮੰਤਰੀ ਪੰਜਾਬ ਨਹੀਂ ਆ ਪਾਉਂਦੇ ਤੇ ਹੁਣ ਇੱਕ ਦੂਜੀ ਸਰਕਾਰ ਆਵਾਂ ਦੀ ਪਾਰਟੀ ਦੀ ਸਵਾਗਤ ਹੁੰਦਾ ਹੈ ਭਾਜਪੀ ਦੇ ਕਾਰਜਕਰਤਾ ਵਿੱਚ ਬੁਲਾ ਲਏ ਜਾਂਦੇ ਆ ਮੋਦੀ ਮੋਦੀ ਦੀ ਨਾਰੇਬਾਜੀ ਹੁੰਦੀ ਜਦੋਂ ਕਿ ਸਰਕਾਰ ਦਾ ਪ੍ਰੋਗਰਾਮ ਸੀ ਇਸ ਨੂੰ ਕਿਵੇਂ ਦੇਖਦੇ ਆ ਫਿਰ ਦੇਖੋ ਦੇਸ਼ ਜਿਹੜਾ ਹੈ ਫੈਡਰਲ ਸਟਰਕਚਰ ਹੈ। ਔਰ ਫੈਡਰਲ ਢਾਂਚੇ ਚ ਰਾਜਨੀਤੀ ਆਪਣੀ ਜਗ੍ਹਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਇੱਕ ਪਾਰਟੀ ਦਾ ਨੇਤਾ ਨਹੀਂ ਹੁੰਦਾ। ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ। ਔਰ ਹਿੰਦੁਸਤਾਨ ਦੇ ਕੈਸੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਦੁਨੀਆਂ 'ਚ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ, ਸਿਰ ਉੱਚਾ ਕੀਤਾ। ਅੱਜ ਦੁਨੀਆਂ ਉਹਨਾਂ ਨੂੰ ਇੱਕ ਗਲੋਬਲ ਲੀਡਰ ਦੇ ਨਾਤੇ ਮੰਨਦੀ ਹੈ। ਸੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਕਿਸੇ ਵੀ ਕੋਨੇ 'ਚ ਜਾ ਕੇ ਸਵਾਗਤ ਹੋਣਾ ਹੀ ਚਾਹੀਦਾ। ਔਰ ਮੈਂ ਸਮਝਦਾ ਕਿ ਸਾਡੇ ਪਰੰਪਰਾ 'ਚ ਵੀ ਰਿਹਾ ਜਦੋਂ ਅਸੀਂ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਸੀ ਕੇਂਦਰ ਚ ਹੋਰ ਸੂਬਿਆਂ ਦੀ ਸਰਕਾਰ ਹੁੰਦੀ ਸੀ ਮਾਨ ਸਨਮਾਨ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਜਾਂਦਾ ਸੀ ਸਰਕਾਰੀ ਕਾਰਜਕ੍ਰਮ ਹੁੰਦੇ ਸੀ ਦੇਖੋ ਰਾਜ ਸਰਕਾਰ ਕੇਂਦਰ ਸਰਕਾਰ ਜਦ ਤੱਕ ਇਹ ਮਿਲ ਕੇ ਨਹੀਂ ਚੱਲਣਗੇ ਨਾ ਸੂਬੇ ਦਾ ਵਿਕਾਸ ਹੋ ਸਕਦਾ ਹੈ ਨਾ ਹਿੰਦੁਸਤਾਨ ਦੇਸ਼ ਅੱਗੇ ਵੱਧ ਸਕਦਾ ਹੈ ਇਹ ਟੀਮ ਇੰਡੀਆ আর ਮੋਦੀ ਸਾਹਿਬ ਤਾਂ ਇਸ ਗੱਲ ਨੂੰ ਬਹੁਤ ਸਪਸ਼ਟ ਕਹਿੰਦੇ ਨੇ ਕਿ ਟੀਮ ਇੰਡੀਆ ਤੁਸੀਂ ਦੇਖੋ ਉਹ ਇੱਕੋਲਾ ਐਸਾ ਪ੍ਰਧਾਨ ਮੰਤਰੀ ਹੈ ਜਿਹੜਾ ਟੀਮ ਇੰਡੀਆ ਦਾ ਬੈਨਰ ਲਾ ਕੇ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦਾ ਹੈ ਔਰ ਕਹਿੰਦਾ ਹੈ ਕਿ ਟੀਮ ਇੰਡੀਆ ਹੈ ਅਸੀਂ ਸਭ ਨੇ ਮਿਲ ਕੇ ਵਿਕਾਸ ਕਰਨਾ ਹੈ ਕੋਈ ਸੂਬਾ ਐਸਾ ਨਹੀਂ ਹੈ ਤੁਸੀਂ ਚਾਹੇ ਸਰਕਾਰ ਦੀ ਕੋਈ ਨੀਤੀ ਕੱਢ ਕੇ ਦੇਖ ਲਓ ਸਰਕਾਰ ਦੀ ਕੋਈ ਯੋਜਨਾ ਕੱਢ ਕੇ ਦੇਖ ਲਓ ਕਦੇ ਇਸ ਗੱਲ ਦਾ ਫਰਕ ਨਹੀਂ ਪਾਇਆ ਕਿ ਕਿਸ ਸੂਬੇ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਉਹ ਸੂਬੇ ਸਾਡੀ ਸਰਕਾਰ ਹੈ ਕਿ ਨਹੀਂ ਹੈ ਸਾਰੀਆਂ ਯੋਜਨਾਵਾਂ ਮੋਦੀ ਜੀ ਦੀਆਂ ਉਹ ਹਰ ਸੂਬੇ 'ਚ ਹਰ ਧਰਮ ਜਾਤੀ ਵਰਗ ਪੰਥ ਪਾਸ਼ਾ ਦੇ ਲੋਕਾਂ ਲਈ ਬਰਾਬਰ ਹੈ ਜੇ ਟਾਇਲਟ ਬਣਨੇ ਆ ਤਾਂ ਸਾਰੇ ਹਿੰਦੁਸਤਾਨ 'ਚ ਬਣਨੇ ਆ ਫਿਰ ਇਹ ਫਰਕ ਨਹੀਂ ਹੈ ਕਿ ਇਹ ਭਾਜਪਾ ਲਈ ਸਟੇਟ ਹੈ ਕਿ ਨਹੀਂ ਹੈ ਜੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਾਣੇ ਆ ਤੇ ਫਿਰ ਇਹ ਨਹੀਂ ਸੋਚਣਾ ਕਿ ਕਿਹੜੇ ਸੂਬੇ ਨੇ ਸਾਨੂੰ ਵੋਟ ਪਾਈ ਸੀ ਕਿਹੜੇ ਨੇ ਪਾਈ ਸਭ ਦੇ ਜਾਣੇ ਆ ਜੇ 500 ਰੁਪਏ ਮਹਿਲਾਵਾਂ ਦੇ ਖਾਤੇ ਜਾਣਾ ਹੈ ਤੇ ਸਭ ਤੋ ਜਾਣਾ ਹੈ ਜੇ ਗੈਸ ਸਿਲੰਡਰ ਮਿਲਣਾ ਹੈ ਤੇ ਸਭ ਨੂੰ ਮਿਲਣਾ ਹੈ ਇਸ ਕਰਕੇ ਐਸੇ ਪ੍ਰਧਾਨ ਮੰਤਰੀ ਦਾ ਪੰਜਾਬ ਦੀ ਸਰਕਾਰ ਦਾ ਇਹ ਕਾਰਜਕ੍ਰਮ ਹੈ ਉਹਦੇ ਸਵਾਗਤ ਉਹਨਾਂ ਤੇ ਅੱਛੀ ਗੱਲ ਹੀ ਹੈ ਇੱਕ ਅੱਛੀ ਅੱਛੀ ਜਿਹੜੀ ਹੈ ਜਿਹੜੀ ਪਿਰਤ ਗਲਤ ਪਾਤੀ ਸੀ ਭਗਵੰਤ ਮਾਨ ਸਾਹਿਬ ਨੇ ਉਹਨੂੰ ਠੀਕ ਕੀਤਾ ਭਗਵੰਤ ਮਾਨ ਸਟੇਜ ਤੋਂ ਪ੍ਰਧਾਨ ਮੰਤਰੀ ਦੀ ਤਾਰੀਫਾ ਕਰਦੇ ਰਹੇ ਨਾਲ ਦੀ ਨਾਲ ਕੇਂਦਰ ਦੇ ਕੀ ਪ੍ਰਧਾਨ ਮੰਤਰੀ ਦਾ ਦਿਲ ਬਹੁਤ ਵੱਡਾ ਹੈਗਾ ਉਹਨਾਂ ਨੇ ਕਦੇ ਪੈਰ ਪਿੱਛੇ ਨਹੀਂ ਖਿੱਚੇ ਤੇ ਉਮੀਦ ਹੈ ਕਿ ਅੱਜ ਬਹੁਤ ਵੱਡੇ ਤੋਹਫੇ ਜਿਹੜੇ ਪੰਜਾਬ ਨੂੰ ਵੰਡ ਕੇ ਜਾਣਗੇ ਪਰ ਕੋਈ ਤੋਹਫਾ ਨਹੀਂ ਵੰਡਿਆ ਗਿਆ ਕਿੰਦੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਦੇਖਿਆ ਨਹੀਂ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਕੀਤੇ ਔਰ ਸਭ ਤੋਂ ਵੱਡਾ ਤੋਹਫਾ ਤੇ ਕੈਂਸਰ ਹਸਪੀਟਲ ਦਿੱਤਾ ਹੈ ਜਿਸ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਕੈਂਸਰ ਦੀ ਮਹਾਮਾਰੀ ਵਧੀ ਹੈ ਪਿਛਲੇ 2 ਦਹਾਕਿਆਂ ਤੋਂ ਪਿੰਡ ਪਿੰਡ ਚ ਕੈਂਸਰ ਦੇ ਮਰੀਜ਼ ਆ ਔਰ ਮੇਰੇ ਕੋਲ ਤਾਂ ਰਿਪੋਰਟ ਆ ਕਿ ਮਾਲਵੇ ਦੇ ਅੰਦਰ ਤਾਂ ਕਈ ਪਿੰਡ ਐਸੇ ਨੇ ਜਿੱਥੇ ਇੱਕ ਇੱਕ ਪਿੰਡ ਚ 100 100 ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਨੇ ਸੋ ਬਹੁਤ ਵੱਡਾ ਤੂਫਾਨ ਆ ਸਿਰਫ ਪੰਜਾਬ ਲਈ ਬਲਕਿ ਹਰਿਆਣੇ ਔਰ ਹਿਮਾਚਲ ਲਈ ਵੀ ਆ ਉਥੋਂ ਦੇ ਲੋਕ ਵੀ ਆ ਕੇ ਇਸ ਕੈਂਸਰ ਹਸਪੀਟਲ ਚ ਆਪਣਾ ਇਲਾਜ ਕਰਾ ਸਕਣਗੇ ਔਰ ਵਨ ਆਫ ਦੀ ਬੈਸਟ ਕੈਂਸਰ ਹਸਪੀਟਲ ਜਿਹੜਾ ਹਿੰਦੁਸਤਾਨ ਦਾ ਉਹ ਪੰਜਾਬ ਨੂੰ ਮਿਲਿਆ ਹੈ ਸਮਝਦਾ ਆਪਣੇ ਆਪ ਚ ਇੱਕ ਬਹੁਤ ਵੱਡੀ ਸੌਗਾਤ ਹੈ ਦੇਖੋ ਪ੍ਰਧਾਨ ਮੰਤਰੀ ਜੀ ਦਾ ਤੁਸੀਂ ਪਿਛਲੇ 8 ਸਾਲ ਦੀ ਰਿਪੋਰਟ ਕਾਰਡ ਦੇਖ ਲਓ ਪੰਜਾਬ ਲਈ ਜਿੰਨਾ ਪ੍ਰਾਈਮ ਮਿੰ ਨਾ ਸਿਰਫ ਪੰਜਾਬ ਦੀ ਆਰਥਿਕਤਾ ਲਈ ਬਲਕਿ ਪੰਜਾਬ ਦੇ ਸਮਾਜਿਕ ਲਈ ਪੰਜਾਬ ਦੇ ਸੱਭਿਆਚਾਰ ਲਈ ਕੀ ਕੋਸ਼ਿਸ਼ ਕੀਤਾ ਚਾਹੇ ਉਹ 1984 ਦੇ ਦੰਗਿਆਂ ਨੂੰ ਸਜ਼ਾ ਦੇਣ ਦੀ ਗੱਲ ਹੋਵੇ ਪੰਜਾਬੀਆਂ ਨੂੰ ਇਨਸਾਫ ਦਿੱਤਾ ਨਾ ਉਹਨਾਂ ਨੇ ਚਾਹੇ ਉਹ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੀ ਗੱਲ ਹੋਵੇ ਚਾਹੇ ਉਹ ਗੁਰੂ ਪੁੱਤਰਾਂ ਦੇ ਜਿਹੜਾ ਸ਼ਹਾਦਤ ਦਾ ਦਿਹਾੜਾ ਹੈ ਉਹਨੂੰ ਵੀਰ ਬਾਲ ਦਿਵਸ ਦੇ ਰੂਪ ਚ ਮਨਾ ਕੇ ਪੂਰੀ ਦੁਨੀਆ ਨੂੰ ਉਹ ਸ਼ਹਾਦਤ ਜੀ ਦੇ ਬਾਰੇ ਸਿਰਫ ਪੰਜਾਬ ਦੇ ਲੋਕ ਜਾਣਦੇ ਸੀ ਪੰਜਾਬੀ ਜਾਣਦੇ ਸੀ ਅੱਜ ਪੂਰੀ ਦੁਨੀਆ ਜਾਣਨ ਲੱਗ ਗਈ ਕਿ ਐਡੀ ਵੱਡੀ ਸ਼ਹਾਦਤ ਹੋਈ ਹੈ ਚਾਹੇ ਉਹ ਪੰਜਾਬ ਦੇ ਅੰਦਰ AIMS ਦੀ ਹੋਵੇ ਬਠਿੰਡਾ ਚਾਹੇ ਉਹ ਪੰਜਾਬ ਦੇ PGIs ਦੇ ਸੈਟੇਲਾਈਟ ਸੈਂਟਰ ਹੋਣ ਫਿਰੋਜ਼ਪੁਰ ਦਾ ਔਰ ਸੰਗਰੂਰ ਦਾ ਚਾਹੇ ਉਹ ਅੰਮ੍ਰਿਤਸਰ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇਣ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਦੇ ਅੰਦਰ ਇਨਫਰਾਸਟ੍ਰਕਚਰ ਤੁਸੀਂ ਦੇਖ ਲਓ ਜਿੰਨੇ ਹਾਈਵੇ ਜਿੰਨੀਆਂ ਸੜਕਾਂ ਇਸ ਸਰਕਾਰ ਚ ਨੈਸ਼ਨਲ ਹਾਈਵੇ ਪੰਜਾਬ ਚ ਬਣੇ ਆ ਪਿਛਲੇ 50 ਸਾਲਾਂ ਚ 19 ਬਣੇ ਜਿੰਨੇ 7 ਸਾਲਾਂ ਚ ਬਣੇ ਆ ਇਹ ਸਾਰੇ ਜਿਹੜੇ ਤੋਹਫੇ ਆ ਬਿਨਾ ਮੰਗੇ ਮਿਲ ਰਹੇ ਆ ਪ੍ਰਧਾਨ ਮੰਤਰੀ ਜੀ ਦਾ ਪੰਜਾਬ ਦੇ ਪ੍ਰਤੀ ਜੋ ਪਿਆਰ ਹੈ ਔਰ ਤੁਸੀਂ ਆਉਣ ਵਾਲੇ ਦਿਨਾਂ ਚ ਵੀ ਦੇਖੋਗੇ ਪੰਜਾਬ ਦੇ ਜਿਹੜੇ ਇਸ਼ੂ ਨੇ ਉਹ ਸਾਰੇ ਇਸ਼ੂਜ਼ ਨੂੰ ਲੈ ਕੇ ਪ੍ਰਧਾਨ ਮੰਤਰੀ ਜੀ ਬੜੇ ਗੰਭੀਰ ਨੇ ਉਹ ਬੜੇ ਵਿਚਾਰ ਕਰਦੇ ਰਹਿੰਦੇ ਨੇ ਜੋ ਜੋ ਪੰਜਾਬ ਦੀ ਰਿਕੁਆਇਰਮੈਂਟ ਹੋਣੀ ਹੈ ਸਭ ਪੂਰੀਆਂ ਹੋਣਗੀਆਂ ਪੀਜੀਆਈ ਸੈਟਲਾਈਟ ਦਾ ਤੁਸੀਂ ਜ਼ਿਕਰ ਕੀਤਾ ਐਮਸ ਬਠਿੰਡਾ ਦਾ ਜ਼ਿਕਰ ਕੀਤਾ ਉਦਘਾਟਨ ਹੋਣਾ ਬਾਕੀ ਹੈਗਾ ਪ੍ਰਧਾਨ ਮੰਤਰੀ ਦੀ ਫੇਰੀ ਉਦੋਂ ਟਲ ਗਈ ਸੀ ਪਰ ਉਸ ਤੋਂ ਬਾਅਦ ਫੇਰਾ ਹੀ ਨਹੀਂ ਪਿਆ ਉਸ ਇਲਾਕੇ ਦੇ ਵਿੱਚ ਕੀ ਉਸ ਦਾ ਉਦਘਾਟਨ ਹੋ ਸਕੇ ਤੁਸੀਂ ਵੀ ਅਪੀਲ ਕੀਤੀ ਪ੍ਰਧਾਨ ਮੰਤਰੀ ਦਾ ਕੀ ਕਹਿਣਾ ਸੀਗਾ ਨਹੀਂ ਬਿਲਕੁਲ ਫਿਰੋਜ਼ਪੁਰ ਦਾ ਜਿਹੜਾ ਸੈਟਲਾਈਟ ਸੈਂਟਰ ਹੈ ਉਹ ਬਿਲਕੁਲ ਰੈਡੀ ਹੈ ਉਹ ਮੁਲਾਵਾ ਸ਼ੁਰੂ ਹੋ ਜਾਏਗਾ ਕਮ ਬਹੁਤ ਜਲਦੀ ਔਰ ਬਹੁਤ ਜਲਦੀ ਪ੍ਰਧਾਨ ਮੰਤਰੀ ਜੀ ਉਦਾ ਕਰਨ ਲਈ ਆ ਰਹੇ ਨੇ ਸ਼ਿਲਾਨਿਆਸ ਸੰਗਰੂਰ ਦਾ ਪੀਜੇ ਸੈਂਟਰ ਆਲਰੇਡੀ ਚਾਲੂ ਹੋ ਚੁੱਕਿਆ ਹੁਨੇ ਪਿਛਲੇ ਦਿਨਾਂ ਸਿਹਤ ਮੰਤਰੀ ਆਈਸੀ ਮੈਂ ਆਪੋ ਨਾਲ ਜਾ ਕੇ ਉਥੇ ਦੌਰਾ ਕੀਤਾ ਉਥੇ ਫੈਕਿਲਟੀ ਰਿਕਰੂਟਮੈਂਟ ਦਾ ਇੱਕ ਇਸ਼ੂ ਆਇਆ ਸੀ ਡਾਇਰੈਕਟਰ ਸਾਹਿਬ ਨੇ ਉਠਾਇਆ ਸੀ ਤੁਰੰਤ ਉਹਦੇ ਸਰਕਾਰ ਵੱਲੋਂ ਦੇ ਆਰਡਰ ਹੋਏ ਨੇ ਜਲਦੀ ਫੈਕਲਟੀ ਦੀ ਰਿਕਰੂਟਮੈਂਟ ਹੋ ਰਹੀ ਹੈ ਇਸੇ ਤਰ੍ਹਾਂ ਬਠਿੰਡੇ ਦੇ ਏਮਸ ਜਦੋਂ ਆਇਆ ਹਰਦੀਪ ਪੁਰੀ ਸਾਹਿਬ ਆਏ ਮੈਂ ਵੀ ਜਾ ਕੇ ਦੌਰਾ ਕੀਤਾ ਜੋ ਜੋ ਇਸ਼ੂਸ ਬਠਿੰਡੇ ਏਮਸ ਲਈ ਡਾਇਰੈਕਟਰ ਸਾਹਿਬ ਨੇ ਉਠਾਏ ਸੀ ਉਹ ਸਾਰੇ ਇਸ਼ੂਸ ਤੇ ਸਰਕਾਰ ਕੰਮ ਕਰ ਰਹੀ ਹੈ ਇਹ ਸਰਕਾਰ ਜਿਹੜੀ ਹੈ ਨਾ ਇਹ ਕੰਮ ਕਰਨ ਵਾਲੀ ਸਰਕਾਰ ਹੈ ਇੱਥੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਇੱਥੇ ਕੋਈ ਸਪੈਸ਼ਲ ਚੀਜ਼ ਦੇਣ ਦੀ ਲੋੜ ਹੀ ਨਹੀਂ ਰੂਟੀਨ ਦੇ ਕੰਮਾਂ 'ਚ ਇਹਨਾਂ ਕੰਮ ਹੋ ਰਿਹਾ ਸਟੇਟ ਲਈ ਹੋਰ ਵੀ ਜਿਹੜੇ ਇਸ਼ੂਸ ਹੋਣਗੇ ਪ੍ਰਾਈਮ ਮਿਨਿਸਟਰ ਸਾਹਿਬ ਫਿਰ 2-3 ਮਹੀਨੇ ਬਾਅਦ ਪੰਜਾਬ ਆਣਗੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਗੱਲ ਕੀ ਹੋਈ ਪ੍ਰਧਾਨ ਮੰਤਰੀ ਜੀ ਅਗਲੇ ਮਹੀਨੇ ਪ੍ਰੋਗਰਾਮ ਨਾਲ ਜਾਂ ਉਸ ਤੋਂ ਅਗਲੇ ਮਹੀਨੇ ਬਣ ਰਿਹਾ ਹੈ ਪ੍ਰੋਗਰਾਮ ਨਹੀਂ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜਲਦੀ ਜਲਦੀ ਪੰਜਾਬ ਆਇਆ ਕਰੋ ਔਰ ਜਿਸ ਤਰ੍ਹਾਂ ਦਾ ਪੰਜਾਬੀਆਂ ਨੇ ਪ੍ਰਧਾਨ ਮੰਤਰੀ ਜੀ ਦਾ ਇਸ ਵਾਰ ਸਵਾਗਤ ਕੀਤਾ ਹੈ ਖੁੱਲੇ ਦਿਲ ਦੇ ਨਾਲ ਔਰ ਤੁਸੀਂ ਦੇਖਿਆ ਪੂਰੇ ਉਤਸ਼ਾਹ ਨਾਲ ਮੋਦੀ ਜੀ ਦਾ ਸਵਾਗਤ ਹੋਇਆ ਹੈ ਮੈਂ ਸਮਝਦਾ ਕਿ ਮੋਦੀ ਜੀ ਦਾ ਪੰਜਾਬ ਹੋਰ ਜਲਦੀ ਜਲਦੀ ਆਉਣ ਨਾਲ ਪੰਜਾਬ ਨੂੰ ਬਹੁਤ ਲਾਭ ਹੋਏਗਾ ਔਰ ਉਹਨਾਂ ਨੇ ਸਾਡੀ ਮੰਗ ਨੂੰ ਬੜੇ ਸੁਹਿਰਦਤਾ ਨਾਲ ਸਵੀਕਾਰ ਕੀਤਾ ਔਰ ਬੜਾ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਜਦੋਂ ਵੀ ਮੈਨੂੰ ਬੁਲਾਓਗੇ ਪੰਜਾਬ ਲਈ ਮੇਰੇ ਕੋਲ ਹਮੇਸ਼ਾ ਸਮਾਂ ਹੈ ਔਰ ਮੂਲਾਦਾ ਕਿ ਬਹੁਤ ਜਲਦੀ ਪ੍ਰਧਾਨ ਮੰਤਰੀ ਜੀ ਦੀ ਅਗਲੀ ਫੇਰੀ ਹੋਏਗੀ। ਅਸਲ ਇਹ ਤੁਹਾਡੀ ਮਿਲਣੀ ਹੋ ਰਹੀ ਸੀ ਸਾਰੇ ਭਾਜਪਾ ਦੇ ਲੀਡਰ ਦੀ ਜਿਹੜੇ ਕਾਂਗਰਸ ਚ ਆਏ ਸਨੀਲ ਜਾਖੜ ਹੋ ਗਏ ਤੇ ਆਪਾਂ ਫਤਿਹ ਸਿੰਘ ਬਾਦਵਾ ਜ਼ਿਕਰ ਕਰ ਲਈ ਬਲਬੀਰ ਸਿੱਧੂ ਦਾ ਜ਼ਿਕਰ ਕਰ ਲਈਏ। ਉਹਨਾਂ ਦੀ ਤਿਗੜੀ ਤੇ ਉਹਨਾਂ ਤੋਂ ਰਿਵਿਊ ਬੜੇ ਪ੍ਰਧਾਨ ਮੰਤਰੀ ਲੈ ਰਹੇ ਸੀਗੇ ਬੜੇ ਨੇੜੇ-ਨੇੜੇ ਹਕਮਰੇ ਸੀ ਪ੍ਰਧਾਨ ਮੰਤਰੀ ਦੇ। ਦੇਖੋ ਸਾਡੀ ਪਾਰਟੀ ਔਰ ਕਾਂਗਰਸ ਚ ਹੀ ਫਰਕ ਹੈ। ਸਾਡੀ ਪਾਰਟੀ ਚ ਕੋਈ ਯੁਵਰਾਜ ਨਹੀਂ ਹੈ। ਸਾਡੀ ਪਾਰਟੀ ਚ ਕੋਈ ਮਲਿਕਾ ਨਹੀਂ ਹੈ, ਮਹਾਰਾਣੀ ਨਹੀਂ ਹੈ। ਸਾਡੀ ਪਾਰਟੀ ਚ ਤਾਂ ਸਾਡਾ ਪ੍ਰਧਾਨ ਮੰਤਰੀ ਵੀ ਕਾਰਜ ਕਰਤਾ ਹੈ। ਰੁਕਾ ਹੋਰ ਇਸਵਰੀ ਨਹੀਂ ਪ੍ਰਧਾਨ ਮੰਤਰੀ ਜੀ ਜਦੋਂ ਵੀ ਆਪਣੇ ਕਾਰਜਕਰਤਾਵਾਂ ਨੂੰ ਮਿਲਦੇ ਹਾਂ ਜਦੋਂ ਸਰਕਾਰੀ ਕੋਈ ਆਏ ਤੇ ਫਿਰ ਪ੍ਰਧਾਨ ਮੰਤਰੀ ਆਏ ਜਦੋਂ ਕਾਰਜਕਰਤਾਵਾਂ ਨਾਲ ਮਿਲਦੇ ਹਾਂ ਤਾਂ ਇੱਕ ਕਾਰਜਕਰਤਾ ਦੇ ਨਾਤੇ ਮਿਲਦੇ ਹਾਂ ਬਿਲਕੁਲ ਆਤਮਿਕਤਾ ਨਾਲ ਗੱਲਬਾਤ ਕਰਨਗੇ ਹਸੀ ਮਜ਼ਾਕ ਕਰਨਗੇ ਹਾਲ ਚਾਲ ਪੁੱਛਣਗੇ ਸਭ ਚ ਬੈਠਣਗੇ ਉਸ ਦਿਨ ਵੀ ਐਸੇ ਹੀ ਸੀ ਇਹ ਕੋਈ ਖਾਸ ਗੱਲ ਨਹੀਂ ਹੈ ਪ੍ਰਧਾਨ ਮੰਤਰੀ ਜੀ ਦੇ ਸੁਭਾਅ ਚ ਹੈ ਮੈਂ ਤਾਂ ਜਨਵਰੀ ਉਹਨਾਂ ਨੂੰ ਮਿਲਿਆ ਪਰਸਨਲੀ ਕਦੀ ਆਸਾਨੀ ਲਗਿਆ ਕਿ ਦੁਨੀਆਂ ਦੇ ਐਡੇ ਵੱਡੇ ਸ਼ਕਤੀਸ਼ਾਲੀ ਨੇਤਾ ਨੂੰ ਮਿਲ ਰਹੇ ਹੋ ਹਮੇਸ਼ਾ ਹੀ ਐਸਾ ਲੱਗਦਾ ਹੈ ਕਿ ਆਪਣੇ ਘਰ ਦੇ ਕਿਸੇ ਬਡੇ ਨੂੰ ਮਿਲ ਰਹੇ ਹੋ ਜੋ ਪਿਆਰ ਨਾਲ ਹਾਲਚਾਲ ਪੁੱਛਦਾ ਹੈ ਪਰਿਵਾਰ ਦਾ ਹਾਲਚਾਲ ਪੁੱਛਦਾ ਹੈ ਜਦੋਂ ਮਿਲੋ ਨਾਮ ਲੈ ਕੇ ਬੁਲਾਉਂਦੇ ਆ ਇਸ ਕਰਕੇ ਇਹ ਹੀ ਭਾਰਤੀ ਜਨਤਾ ਪਾਰਟੀ ਦੀ ਤਾਕਤ ਹੈ ਕਿ ਇੱਥੇ ਆਦਮੀ ਕਿੱਡਾ ਵੀ بڑا ਨੇਤਾ ਬਣ ਜਾਏ ਉਹਦਾ ਕਾਰਿਆਕਰਤਾ ਭਾਪ ਜਾਂਦਾ ਨਹੀਂ ਹੈ ਇਸ ਫੰਕਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਪ੍ਰਧਾਨ ਮੰਤਰੀ ਜੀ ਖੁਸ਼ੀ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਅੱਛਾ ਲੱਗਿਆ ਕਿ ਪੰਜਾਬ 'ਚ ਮੈਂ ਆਇਆ ਔਰ ਇਹ ਕੈਂਸਰ ਹਸਪੀਟਲ ਦਾ ਅੱਜ ਮੈਂ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ ਪੰਜਾਬ ਲਈ ਜੋ ਕੁਝ ਮੇਰੇ ਕੋਲੋਂ ਬਣ ਸਕੇਗਾ ਉਹਨਾਂ ਨੇ ਇਸ ਮੰਚ ਤੋਂ ਵੀ ਕਿਹਾ ਔਰ ਜਦੋਂ ਸਾਨੂੰ ਮਿਲੇ ਉਦੋਂ ਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਪੰਜਾਬ ਲਈ ਮੇਰੇ ਦਿਲ ਦੇ ਦਰਵਾਜ਼ੇ ਮੇਰੇ ਘਰ ਦੇ ਦਰਵਾਜ਼ੇ ਦੋਨੇ ਖੁੱਲੇ ਆ ਜਦੋਂ ਮਰਜ਼ੀ ਆ ਜਾਓ ਤਾਂ ਪੰਜਾਬ ਦੇ ਲਈ ਪ੍ਰਧਾਨ ਮੰਤਰੀ ਕਹਿੰਦੇ ਦਿਲ ਦੇ ਦਰਵਾਜ਼ੇ ਵੀ ਖੁੱਲੇ ਆ ਤੇ ਘਰ ਦੇ ਦਰਵਾਜ਼ੇ ਵੀ ਖੁੱਲੇ ਆ ਉਹ ਜਲਦ ਪ੍ਰਧਾਨ ਮੰਤਰੀ ਅਕਰ ਫਿਰ ਤੋਂ ਪੰਜਾਬ ਆਉਣਗੇ ਕੈਮਰਾ ਪਰਸਨ ਗगन ਦੇ ਨਾਲ ਆਸ਼ੂ ਉਨੇਜਾ ਲਿਵਿੰਗ ਇੰਡੀਅਨ ਨਿਊਜ਼ ਚੰਡੀਗੜ੍ਹ